ਬਠਿੰਡਾ ਦੇ ਵਿੱਚ ਵੀ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਹੈ ਉਹ ਟਰਾਂਸਪੋਰਟਰ ਕਰਦੇ ਨਜ਼ਰ ਆ ਰਹੇ ਨੇ, ਡਰਾਈਵਰ ਕਰਦੇ ਨਜ਼ਰ ਆ ਰਹੇ ਨੇ। ਕਿਤੇ ਨਾ ਕਿਤੇ ਪੈਟਰੋਲ ਪੰਪ ਨੇ ਉਹ ਡਰਾਈ ਹੋ ਗਏ ਨੇ, ਪੰਪਾਂ ਤੋਂ ਤੇਲ ਮਿਲਣਾ ਖਤਮ ਹੋ ਗਿਆ। ਤੁਸੀਂ ਵੇਖ ਸਕਦੇ ਹੋ ਕਿ ਇਸੇ ਤਰ੍ਹਾਂ ਦੇ ਵਾਰਨਿੰਗ ਬੋਰਡ ਨੇ ਉਹ ਬਠਿੰਡਾ ਦੇ 40% ਪੈਟਰੋਲ ਪੰਪਾਂ 'ਤੇ ਲੱਗੇ ਨਜ਼ਰ ਆ ਰਹੇ ਨੇ, ਕਿਉਂਕਿ ਜੇ ਤੇਲ ਦੀ ਸਪਲਾਈ ਨਹੀਂ ਹੋਊਗੀ, ਬੇਸ਼ੱਕ ਡਿਮਾਂਡ ਹੋਵੇ, ਉਹ ਸਪਲਾਈ ਅੱਗੇ ਕਿਸ ਤਰ੍ਹਾਂ ਹੋਏਗੀ, ਕਿਉਂਕਿ ਪੰਪਾਂ ਤੱਕ ਤੇਲ ਪਹੁੰਚਾਉਣ ਦੇ ਲਈ ਟਰੱਕ ਆਉਂਦੇ ਨੇ, ਤਾਂ ਕਰਕੇ ਟਰੱਕਾਂ ਵਾਲੇ ਸਟ੍ਰਾਈਕ 'ਤੇ ਚੱਲ ਰਹੇ ਨੇ। ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪੈਟਰੋਲ ਪੰਪ ਦੇ ਕਰਮਚਾਰੀ ਨੇ ਬਿਲਕੁਲ ਵਿਹਲੇ ਖੜੇ ਨੇ, ਕਿਉਂਕਿ ਪੰਪ ਬੰਦ ਕਰ ਦਿੱਤਾ, ਲੋਕ ਆਉਂਦੇ ਨੇ ਜਾਂਦੇ ਨੇ ਵਾਪਸ ਚਲੇ ਜਾਂਦੇ ਨੇ, ਤਾਂ ਕਰਕੇ ਤੇਲ ਹੈ ਜਿਹੜਾ ਉਹ ਮਿਲਣਾ ਮੁਸ਼ਕਿਲ ਹੈ। ਕੁਛ ਲੋਕ ਤੁਸੀਂ ਵੇਖ ਸਕਦੇ ਹੋ ਕਿ ਟੂ ਵੀਲਰ ਨੇ ਜਿਹੜੇ ਉਸ ਨੂੰ ਖਿੱਚ ਕੇ ਵੀ ਲੈ ਕੇ ਆਉਂਦੇ ਨਜ਼ਰ ਆ ਰਹੇ ਨੇ, ਕਿਉਂਕਿ ਤੇਲ ਹੈ ਜਿਹੜਾ ਨਹੀਂ ਮਿਲ ਰਿਹਾ, ਤਾਂ ਕਰਕੇ ਦਿੱਕਤਾਂ ਜ਼ਾਹਿਰ ਤੌਰ 'ਤੇ ਲੋਕਾਂ ਨੂੰ ਹੋ ਰਹੀਆਂ ਨੇ, ਕਿਉਂਕਿ ਡੀਜ਼ਲ ਅਤੇ ਪੈਟਰੋਲ ਦੀ ਕਾਫੀ ਕਿੱਲਤ ਨਜ਼ਰ ਆ ਰਹੀ ਹੈ, ਕਿਉਂਕਿ 3 ਦਿਨਾਂ ਤੋਂ ਸਟ੍ਰਾਈਕ ਹੈ ਉਹ ਲਗਾਤਾਰ ਚੱਲ ਰਹੀ ਹੈ। ਸਾਰੇ ਪੰਪਾਂ ਦੇ ਉੱਪਰ ਤੇਲ ਮਿਲਣਾ ਤਕਰੀਬਨ ਬੰਦ ਹੋ ਚੁੱਕਿਆ, ਕੁਝ ਪੰਪਾਂ 'ਤੇ ਤੇਲ ਮਿਲ ਰਿਹਾ ਹੈਗਾ, ਤਾਂ ਕਰਕੇ ਕਰਮਚਾਰੀ ਨੇ ਜਿਹੜੇ ਉਹ ਕਿਤੇ ਨਾ ਕਿਤੇ ਵਿਹਲੇ ਖੜੇ ਨਜ਼ਰ ਆ ਰਹੇ ਨੇ। ਔਰ ਦੂਸਰੇ ਪਾਸੇ ਤੁਸੀਂ ਇਸ ਸਾਈਡ ਦੇਖੋ ਕਿਸ ਪਾਸੇ ਕਿਹੜੇ ਬੋਰਡ ਲਾ ਦਿੱਤੇ ਨੇ, ਇਹ ਰਸਤੇ ਨੂੰ ਬੰਦ ਕਰ ਦਿੱਤਾ, ਇਸ ਰਸਤੇ ਕਿਹੜੇ ਵਹੀਕਲ ਨੇ ਉਹ ਐਂਟਰ ਹੋਣੇ ਸੀ ਉਹ ਪੂਰੇ ਦਾ ਪੂਰਾ ਰਸਤਾ ਹੈ ਜਿਹੜਾ ਬੰਦ ਕਰ ਦਿੱਤਾ, ਤਾਂ ਜੋ ਤੇਲ ਪਾਉਣ ਦੇ ਲਈ ਵਹੀਕਲ ਹੈ ਜਿਹੜੇ ਉਹ ਪੈਟਰੋਲ ਪੰਪ ਦੇ ਅੰਦਰ ਦਾਖਲ ਨਾ ਹੋਣ। ਤਾਂ ਕਰਕੇ ਇਹ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ 45% ਤੋਂ ਜ਼ਿਆਦਾ ਜਿਹੜੇ ਪੰਪ ਨੇ ਉਹ ਡਰਾਈ ਹੋ ਚੁੱਕੇ ਨੇ। ਔਰ ਆਪਾਂ ਗੱਲਬਾਤ ਕਰਦੇ ਹਾਂ ਡੀਲਰ ਪੈਟਰੋਲ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਨਾਲ ਵਿਨੋਦ ਬੰਸਲ ਮੇਰੇ ਨਾਲ ਨੇ। ਬੰਸਲ ਸਾਹਿਬ, ਬਠਿੰਡਾ ਦਾ ਕੀ ਡਾਟਾ, ਬਠਿੰਡਾ ਦੇ ਕਿੰਨੇ ਫੀਸਦੀ ਪੰਪ ਨੇ ਜਿਹੜੇ ਡਰਾਈ ਹੋ ਚੁੱਕੇ ਨੇ? ਸੂਰਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਇਕੱਲੇ ਬਠਿੰਡੇ ਦੇ ਨਾਲ ਬਠਿੰਡਾ ਡਿਸਟ੍ਰਿਕਟ ਨਹੀਂ ਪ੍ਰਭਾਵਿਤ ਹੁੰਦਾ, ਲਗਭਗ ਅੱਧਾ ਪੰਜਾਬ ਪ੍ਰਭਾਵਿਤ ਹੁੰਦਾ, ਕਿਉਂਕਿ ਜਿਹੜੇ ਸਪਲਾਈ ਪੁਆਇੰਟ ਹੈ ਨਾ ਉਹ ਘੱਟੋ ਘੱਟ ਇੰਡੀਅਨ ਆਇਲ ਦਾ 6 ਡਿਸਟ੍ਰਿਕਟ ਨੂੰ ਕਵਰ ਕਰਦਾ, BPC ਦਾ ਜਿਹੜਾ ਸਪਲਾਈ ਪੁਆਇੰਟ ਆ ਉਹ ਵੀ 6 ਡਿਸਟ੍ਰਿਕਟ ਨੂੰ ਕਵਰ ਕਰਦਾ, ਅਤੇ ਜਿਹੜਾ HPCL ਦਾ ਸਪਲਾਈ ਪੁਆਇੰਟ ਆ ਉਹ ਇਕੱਲੇ ਪੰਜਾਬ ਨੂੰ ਨਹੀਂ ਹਿਮਾਚਲ ਨੂੰ ਔਰ ਇਹਦੇ ਨਾਲ ਜੰਮੂ ਕਸ਼ਮੀਰ ਨੂੰ ਇਫੈਕਟ ਕਰਦਾ। ਇਸ ਕਰਕੇ ਅਗਰ ਕਾਊਂਟਿੰਗ ਡਿਸਟ੍ਰਿਕਟ ਵਾਈਜ਼ ਨਹੀਂ ਹੋ ਰਹੀ, ਇਸ ਕਰਕੇ ਪੂਰੇ ਪੰਜਾਬ 'ਚ ਪੈਨਿਕ ਦਾ ਮਾਹੌਲ ਬਣ ਚੁੱਕਾ। ਸਾਡੇ ਪੰਪ ਜਿਹੜੇ, ਅਗਰ ਮੈਂ ਗੱਲ ਕਰੂੰ 45% ਤੋਂ ਵੱਧ, 45% ਤੋਂ ਵੱਧ ਪੰਪ ਜਿਹੜੇ ਡਰਾਈ ਹੋ ਚੁੱਕੇ, ਜਿਹਨਾਂ ਕੋਲ ਤੇਲ ਨਹੀਂ ਹੈ, ਹੋਰ ਘੰਟੇ ਜਾਂ 2 ਘੰਟਿਆਂ ਨੂੰ ਇਹ ਜਿਹੜੀ ਸਥਿਤੀ ਆ ਹੋਰ ਭਿਆਨਕ ਹੋ ਸਕਦੀ ਹੈ, 80% ਤੱਕ ਪੰਪ ਇਸ ਨਾਲ ਡਰਾਈ ਹੋਣਗੇ। ਕੋਈ ਐਮਰਜੈਂਸੀ ਸੇਵਾ ਹੁੰਦੀ, ਐਂਬੂਲੈਂਸ ਹੋ ਗਏ, ਡਾਕਟਰ ਹੋ ਗਏ, ਪੁਲਿਸ ਹੋ ਗਈ, ਉਹਨਾਂ ਵਾਸਤੇ ਇੰਤਜ਼ਾਮ ਕੀਤੇ ਨੇ ਪੈਟਰੋਲ ਪੰਪ ਐਸੋਸੀਏਸ਼ਨ ਮੰਨਿਓ? ਦੇਖੋ, ਇਸ ਤੋਂ ਪਹਿਲਾਂ ਸਾਨੂੰ ਇਹ ਨਹੀਂ ਪਤਾ ਸੀ ਵੀ ਇਹ ਜੀ ਹਾਲਾਤ ਆਉਣਗੇ, ਪਰ ਹਾਂ ਸਾਡੇ ਕੋਲ ਐਂਬੂਲੈਂਸ ਵਾਸਤੇ ਕੁਛ ਨਾ ਕੁਛ ਕੋਟਾ ਹੁੰਦਾ, ਐਂਬੂਲੈਂਸ ਵਾਸਤੇ ਰੱਖਦੇ ਹਾਂ, ਹੋਰ ਆਪਾਤਕਾਲੀਨ ਵਾਸਤੇ ਇੰਨਾ ਕੁ ਸਾਡੇ ਕੋਲ ਹੁੰਦਾ, ਪਰ ਉਹ ਵੀ ਕਿੰਨੇ ਕੁ ਦਿਨ ਚੱਲੂ? 4 ਦਿਨ ਹੋ ਗਏ ਸਰ, 4 ਦਿਨਾਂ ਦੇ ਵਿੱਚ ਐਂਬੂਲੈਂਸ ਵਾਲੇ ਸਾਤੋਂ ਤੇਲ ਲਿਜਾ ਚੁੱਕੇ ਨੇ, ਅੱਜ 3ਜਾ ਦਿਨ, 3.5 ਦਿਨ ਹੋ ਗਏ ਨੇ, ਅਤੇ 1-2 ਦਿਨ ਹੋਰ ਮੌਨ ਦੀ ਜਿਹੜਾ ਐਮਰਜੈਂਸੀ ਕੋਟਾ ਉਹ ਵੀ ਖਤਮ ਹੋਣ ਦੇ ਕਿਨਾਰੇ ਹੈ। ਜੇ ਅੱਜ ਸ਼ਾਮ ਤੱਕ ਸਾਨੂੰ ਇਹ ਲੱਗਦਾ ਵੀ ਐਂਬੂਲੈਂਸ ਜਾਂ ਕਿਸੇ ਨੂੰ ਵੀ ਅਸੀਂ ਤੇਲ ਨਹੀਂ ਦੇ ਪਾਵਾਂਗੇ, ਉਹ ਕੋਟਾ ਵੀ ਸਾਡੇ ਹੱਥੋਂ ਨਿਕਲ ਜਾਏਗਾ। ਅਸੀਂ 5 ਰੁਪਏ ਐਂਬੂਲੈਂਸ ਨੂੰ ਰਹੇ, ਆਪਦੇ ਕਿਸੇ ਕਸਟਮਰ ਨੂੰ ਤੁਸੀਂ ਦੇਖਿਆ, ਅਸੀਂ ਆਮ ਕਸਟਮਰ ਨੂੰ ਜਵਾਬ ਦੇ ਰਹੇ ਹਾਂ ਐਂਬੂਲੈਂਸ ਵਾਸਤੇ, ਐਮਰਜੈਂਸੀ 'ਚ ਅਸੀਂ ਇੱਕ ਪਾਸ ਸਾਈਡ ਵੀ ਖੁੱਲ੍ਹੀ ਰੱਖੀ ਹੈ, ਸਾਡੇ ਮੁਲਾਜ਼ਮ ਵੀ ਤੈਨਾਤ ਨੇ, ਅਸੀਂ ਮਨਾ ਨਹੀਂ ਕਰ ਰਹੇ ਐਮਰਜੈਂਸੀ ਵਾਸਤੇ। ਕੁਛ ਲੋਕ ਬਿਨਾਂ ਲੋੜ ਤੋਂ ਜ਼ਿਆਦਾ ਟੈਂਕੀਆਂ ਫੁੱਲ ਕਰਾ ਲਏ, ਉਹਨਾਂ ਨੂੰ ਕੀ ਕਹੋਗੇ ਵੀ ਸਟ੍ਰਾਈਕ 1-2 ਦਿਨਾਂ ਦੀ ਹੋ ਸਕਦੀ ਹੈ ਕਿ ਅੱਗੇ ਵਧੂਗੀ, ਤੁਹਾਡਾ ਐਲਾਨ ਕੀ ਹੈ? ਦੇਖੋ, ਬਿਲਕੁਲ ਜਿਹੜਾ ਸਾਡਾ ਐਲਾਨ ਹੈ ਸਟ੍ਰਾਈਕ ਡਰਾਈਵਰਾਂ ਦੀ ਹੈ ਉਹ 4 ਤਰੀਕ ਤੱਕ ਹੈ, ਵੀ 3 ਤਰੀਕ ਤੱਕ ਰਹੂ, 4 ਤਰੀਕ ਨੂੰ ਚੱਲੂ, ਪਰ 1-2 ਦਿਨ ਜੋ ਸਟ੍ਰਾਈਕ ਖੁੱਲੂਗੀ ਤਾਂ ਇਹਦਾ ਅਸਰ 2 ਦਿਨ ਹੋਰ ਚੱਲ ਜਾਂਦਾ ਹੈ, ਕਿਉਂਕਿ ਉਹਦਾ ਕਾਰਨ ਹੈ ਵੀ 1-2 ਦਿਨ ਸਾਰੇ ਪੰਪ ਜੇ ਖਾਲੀ ਹੋ ਗਏ ਤਾਂ ਸਾਰਿਆਂ ਨੂੰ ਢੋਆ ਢੁਆਈ ਵਾਸਤੇ ਗੱਡੀਆਂ ਵੀ ਲਿਮਟਡ ਨੇ, ਹਰੇਕ ਨੂੰ ਗੱਡੀਆਂ ਨਹੀਂ ਮਿਲ ਸਕਦੀਆਂ। ਪਤਾ ਨਹੀਂ ਦੁੱਧ ਦੀ ਖਾਣ ਪੀਣ ਦੀ ਵਸਤਾਂ ਦੀ ਸਪਲਾਈ ਕਿਤੇ ਨਾ ਕਿਤੇ ਪ੍ਰਭਾਵਿਤ ਹੋਏਗੀ, ਜੇ ਇਸੇ ਤਰ੍ਹਾਂ ਹਾਲ ਰਿਹਾ ਤਾਂ ਹਾਲਾਤ ਖਰਾਬ ਹੋ ਸਕਦੇ ਆ। ਸੂਰਜ ਜੀ, ਗੱਲ ਇਹ ਹੈ ਵੀ ਇਕੱਲੇ ਦੁੱਧ ਹੀ ਨਹੀਂ, ਹਰ ਇੱਕ ਚੀਜ਼, ਮੈਡੀਸਨ ਤੋਂ ਲੈ ਕੇ ਸਬਜ਼ੀ ਤੋਂ ਲੈ ਕੇ ਹਰ ਰੋਜ਼ਮਰਾ ਦੀ ਚੀਜ਼, ਡੀਜ਼ਲ ਪੈਟਰੋਲ ਤੋਂ ਬਿਨਾਂ ਜੀਵਨ ਹੀ ਸੰਭਵ ਨਹੀਂ ਹੈ, ਇਹਦੇ ਨਾਲ ਸਾਰਾ ਕੋਈ ਖਾਣ ਪੀਣ ਤੋਂ, ਬਿਮਾਰੀ ਤੋਂ,
ਇੱਕ ਵੀ ਚੀਜ਼ ਕੋਈ ਵੀ ਸੰਭਵ ਨਹੀਂ, ਚਾਹੇ ਜਾਣਾ ਹੈ ਚਾਹੇ ਆਉਣਾ, ਜੇ ਤੇਲ ਨਾ ਮਿਲਿਆ ਤਾਂ ਸਾਰਾ ਹੀ ਜੋ ਹੈ ਸਿਸਟਮ ਖੜ ਜੂਗਾ। ਸਿਸਟਮ ਖੜਨ ਨਾਲ ਬੜੀ ਵੱਡੀ ਪ੍ਰੋਬਲਮ ਆ ਜਾਣੀ ਹੈ। ਜਦੋਂ ਸਿਸਟਮ ਖੜ ਗਿਆ ਤਾਂ ਤੁਸੀਂ ਆਪ ਹਿਸਾਬ ਲਾ ਰਹੇ ਹੋ ਵੀ ਕਿਵੇਂ ਕੰਮ ਚੱਲੂਗਾ। ਇਹ ਸਿਸਟਮ ਬਿਲਕੁਲ ਜਾਮ ਹੋ ਜੂ, ਬਿਲਕੁਲ ਖੜ ਜੂਗਾ ਅਗਰ ਤੇਲ ਡੀਜ਼ਲ ਪੈਟਰੋਲ ਨਾ ਆਇਆ ਤਾਂ। ਭਾਈ ਸਾਹਿਬ ਦਿੱਕਤਾਂ ਕਿੰਨੀਆਂ ਨੇ ਜੀ, ਇਸੇ ਤਰ੍ਹਾਂ ਸਟ੍ਰਾਈਕ ਅੱਗੇ ਜਾਰੀ ਰਹਿੰਦੀ ਹੈ, ਡੀਜ਼ਲ ਪੈਟਰੋਲ ਅੱਗੇ ਨਹੀਂ ਮਿਲਦਾ ਤਾਂ ਲੋਕ ਰੋਕਾਂ ਨੂੰ ਪ੍ਰੋਬਲਮ। ਦਿੱਕਤਾਂ ਤਾਂ ਹੈ ਜੀ, ਬਹੁਤ ਜ਼ਿਆਦਾ ਦਿੱਕਤਾਂ। ਪੈਟਰੋਲ ਡੀਜ਼ਲ ਨਾਲ ਕੋਈ ਚੀਜ਼ ਨਹੀਂ ਪੋਸੀਬਲ, ਨਾ ਕਿਸੇ ਤੁਸੀਂ ਜਾ ਸਕਦੇ ਹੋ ਆ ਸਕਦੇ ਹੋ। ਮੈਡੀਕਲ ਸਰਵਿਸਿਜ਼ ਹੈ, ਸਾਰੀ ਸਰਵਿਸਿਜ਼ ਹੈ, ਉਹ ਸਾਰੀ ਪ੍ਰਭਾਵਿਤ ਹੋਣਗੀ। ਅਤੇ ਨਾ ਸਿਰਫ ਪ੍ਰੋਬਲਮ ਇਹ ਹੈ, ਪ੍ਰੋਬਲਮ ਦੂਜੀ ਇਹ ਹੈ ਕਿ ਵੀ ਜੇ ਸਪੋਜ਼ਿੰਗ ਸਟ੍ਰਾਈਕ ਹਟਦੀ ਵੀ ਹੈ ਤਾਂ ਨੋਰਮਲਾਈਜ਼ ਹੋਣ ਨੂੰ ਇੱਕ ਡੇਢ ਦਿਨ ਐਕਸਟਰਾ ਲੱਗਣਗੇ। ਅਤੇ ਹੁਣ ਲੋਕ ਦੇਖੋ ਪਰੇਸ਼ਾਨ ਤਾਂ ਹੋ ਹੀ ਰਹੇ। ਬਿਲਕੁਲ, ਕੁਛ ਲੋਕ ਨੇ ਇੱਧਰ ਵੀ ਖੜ੍ਹੇ ਨੇ, ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਆਖਿਰ ਦਿੱਕਤਾਂ ਕੀ ਨੇ, ਕਿਵੇਂ ਦਿੱਕਤਾਂ ਆ ਰਹੀਆਂ ਨੇ, ਹੋਰ ਪੰਪਾਂ 'ਤੇ ਵੀ ਲੋਕ ਜਾ ਰਹੇ ਨੇ ਕਿਉਂਕਿ ਮੁਸ਼ਕਲ ਕਿਤੇ ਨਾ ਕਿਤੇ ਹੋ ਰਹੀ ਹੈ। ਬਾਈ ਜੀ, ਤੇਲ ਕਿਹੜੇ ਕਿਹੜੇ ਪੰਪਾਂ ਤੋਂ ਮਿਲ ਰਿਹਾ, ਤੇਲ ਹੀ ਬੰਦ ਕਰਦਾ, ਸਟ੍ਰਾਈਕ 'ਤੇ ਚਲੇ ਗਏ ਟਰੱਕ ਡਰਾਈਵਰ, ਦਿੱਕਤ ਕਿੰਨੀ ਹੈਗੀ? ਦਿੱਕਤ ਹੈ ਜੀ, ਅਸੀਂ ਤਾਂ ਹੁਣੇ ਆਏ ਸੀ ਇੱਧਰ ਡਾਇਰੈਕਟ ਹੀ ਪੈਟਰੋਲ ਪੰਪ 'ਤੇ ਤੇਲ ਪਾਉਣ ਵਾਸਤੇ। ਬਾਕੀ ਦੇਖੋ ਹੁਣ ਅੱਗੇ ਜਾ ਕੇ ਦੇਖਦੇ ਕਿਤੇ ਹੋਊਗਾ। ਅੱਛਾ ਬਾਈ, ਦਿੱਕਤ ਕਿੰਨੀ ਹੈ, ਕੰਮ ਕਾਰ ਜਾਣਾ ਹੋਊਗਾ, ਤੁਸੀਂ ਵੀ ਤੇਲ ਨਹੀਂ ਮਿਲ ਰਿਹਾ ਹੈਗਾ? ਨਹੀਂ ਜੀ, ਅਸੀਂ ਤਾਂ ਹੁਣੇ ਆਏ ਫੌਜੀ ਚੌਕ 'ਤੇ ਕੰਮ ਕਰਦੇ ਹਾਂ, ਇੱਥੇ ਹੀ ਨਗਰ ਨਿਗਮ 'ਚ ਲੱਗੇ ਹਾਂ ਇਸ ਦਾ। ਅੱਛਾ, ਸਾਨੂੰ ਪਤਾ ਚੱਲਿਆ ਵੀ ਹੜਤਾਲ ਹੈ ਪੈਟਰੋਲ ਪੰਪ ਦੀ, ਇਸ ਕਰਕੇ ਅਸੀਂ ਕਹਿੰਦੇ ਦਵਾ ਦਵਾ ਪਾ ਲੈਂਦੇ ਮੁੜ ਕੇ। ਜੇ ਮੰਨ ਲਓ ਨਹੀਂ ਤੇਲ ਮਿਲਦਾ, ਦਿੱਕਤਾਂ ਕਿੰਨੀਆਂ ਨੇ, ਕਿਹੜੇ ਕੰਮ ਕਾਜ ਦੇ ਬੰਦੇ ਨੇ ਨਿਕਲਣਾ, ਦਿਹਾੜੀ ਮਜ਼ਦੂਰੀ ਕਰਨਾ ਹੈਗਾ? ਨਹੀਂ, ਦਿੱਕਤਾਂ ਤਾਂ ਬਹੁਤ ਹੈ ਜੀ, ਦਿੱਕਤਾਂ ਤਾਂ ਬਹੁਤ ਹੈ। ਮੁੜ ਕੇ ਇਹ ਵਹੀਕਲ ਨਾਲ ਹੀ ਸਾਰਾ ਕੰਮ ਚੱਲਦਾ ਜੀ, ਆਉਣ ਜਾਣ ਦਾ। ਇਹ ਉਹ ਲੋਕ ਨੇ ਜਿਹੜੇ ਤੇਲ ਪਾਉਣ ਵਾਸਤੇ ਖੜ੍ਹੇ ਨੇ, ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ। ਵਕੀਲ ਸਾਹਿਬ, ਦਿੱਕਤਾਂ ਕਿੰਨੀਆਂ ਲੋਕਾਂ ਦੀਆਂ ਵੱਧ ਗਈਆਂ ਸਟ੍ਰਾਈਕ 'ਤੇ, ਤੇਲ ਪਾਉਣ ਵਾਲੀਆਂ ਟੈਂਕੀਆਂ ਵਾਲੇ ਟਰੱਕਾਂ ਵਾਲੇ ਚਲੇ ਗਏ, ਦਿੱਕਤ ਕਿੰਨੀ ਹੈ? ਬਿਲਕੁਲ ਬਾਈ ਜੀ, ਮੇਰਾ ਹੁਣ ਸਕੂਟੀ 'ਚ ਬਿਲਕੁਲ ਖਤਮ ਹੈ ਜੀ ਤੇਲ। ਹੁਣ ਮੈਨੂੰ ਤਾਂ ਐਂ ਦਿੱਕਤ ਹੋਈ ਪਈ ਆ ਵੀ ਮੈਂ ਘਰੇ ਕਿਵੇਂ ਜਾਊਂਗਾ ਵਾਪਸ, ਮੈਂ ਛੁੱਟੀਆਂ ਕਰਕੇ ਤੇ ਪਵਾਇਆ ਨਹੀਂ ਗਿਆ ਜੀ। ਹੁਣ ਸੋਚੀ ਜਾਂਦਾ ਵੀ ਧੱਕਾ ਲਾ ਕੇ ਜਾਵਾਂ ਕਿ ਕਿਸੇ ਨੂੰ ਹਾਇਰ ਕਰਾਂ ਵਹੀਕਲ ਨੂੰ ਵੀ ਮੈਨੂੰ ਘਰੇ ਛੱਡਣ। ਜਿਹੜਾ ਕਾਨੂੰਨ ਬਣਾਇਆ ਉਸ ਦਾ ਵਿਰੋਧ ਕਰ ਰਹੇ, ਤੁਸੀਂ ਵਕੀਲ ਵੀ ਹੋ, ਕਿਵੇਂ ਦੇਖਦੇ ਹੋ? ਨਹੀਂ, ਹਿੱਟ ਐਂਡ ਰਨ ਦਾ ਤਾਂ ਸਾਰਾ ਇਹ ਹੈ ਜੀ ਵੀ ਇਹਦੇ 'ਚ ਮੇਰਾ ਤਾਂ ਹਿਸਾਬ ਨਾਲ ਤਾਂ ਅਮੈਂਡਮੈਂਟ ਹੋਣੀ ਚਾਹੀਦੀ ਸੀਗੀ ਜੀ, ਪਰ ਥੋੜ੍ਹੀ ਜਿਹੀ ਸਜ਼ਾ ਦਾ ਜਿਹੜਾ ਕਹਿ ਦਈਏ ਆਪਾਂ ਉਹ ਜ਼ਿਆਦਾ ਹੈ ਜੀ, ਥੋੜ੍ਹਾ ਜਿਹਾ ਘੱਟ ਹੋਣੀ ਚਾਹੀਦੀ ਸੀਗੀ। ਇਹ ਜਿਹੜਾ ਕਾਨੂੰਨ ਹੈ ਇਹ ਅੰਗਰੇਜ਼ਾਂ ਵੇਲੇ ਬਣਿਆ ਸੀਗਾ ਕਿਉਂਕਿ ਵਹੀਕਲ ਉਹਨਾਂ ਦੇ ਸੀਗੇ ਜੀ, ਉਹਨਾਂ ਨੇ ਆਪਦੇ ਆਪ ਨੂੰ ਲੀਨੀਅੰਸੀ ਦੇਣ ਲਈ ਇਹ ਜਿਹੜੀ ਇਹ 'ਚ ਸਜ਼ਾ ਦਾ ਪ੍ਰਾਵਧਾਨ ਹੈ ਜਿਹੜਾ ਘੱਟ ਰੱਖਿਆ ਸੀਗਾ, ਪਰ ਹੁਣ ਦੇਖਿਆ ਜਾਵੇ ਤਾਂ ਲੋਕ ਹੈ ਜਿਹੜੇ ਹੋਮਿਸਾਈਡ ਕਰਦੇ ਆ ਜਾਂ ਮਤਲਬ ਉਹਨਾਂ ਦੀ ਇੰਟੈਂਸ਼ਨ ਹੁੰਦੀ ਹੈ ਵੀ ਆਪਾਂ ਕਿਸੇ ਬੰਦੇ ਨੂੰ ਮਾਰਨਾ ਤਾਂ ਮਾਰ ਕੇ ਭੱਜੋ, ਅਤੇ ਸਜ਼ਾ ਸਾਰੀ 2 ਸਾਲ ਹੈ ਜੀ, ਨਾਲ ਦੀ ਨਾਲ ਜ਼ਮਾਨਤ ਹੈ। ਇਸੇ ਕਰਕੇ ਜ਼ਰੂਰੀ ਹੈ ਮੰਨਦੇ ਹੋ, ਬਦਲਾਅ ਹੋਣਾ ਜੀ, ਬਦਲਾਅ ਜ਼ਰੂਰੀ ਹੈ ਜੀ। ਐਡਵੋਕੇਟ ਨੇ ਇਹ ਵੀ ਤੇਲ ਵਾਸਤੇ ਇੱਥੇ ਆਏ ਸੀ ਪਰ ਤੇਲ ਨਹੀਂ ਮਿਲ ਰਿਹਾ ਹੈਗਾ, ਕਹਿ ਰਹੇ ਕਿ ਪੁਰਾਣੇ ਟਾਈਮ ਦੇ ਕਾਨੂੰਨ ਬਣੇ ਸੀ, ਕਾਨੂੰਨਾਂ ਦੇ ਵਿੱਚ ਬਦਲਾਅ ਜ਼ਰੂਰੀ ਹੈ, ਪਰ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ, ਵਿਰੋਧ ਹੈ ਆਪਦੇ ਤਰੀਕੇ ਦੇ ਨਾਲ, ਲੋਕ ਦਰਜ ਕਰਾ ਰਹੇ ਨੇ, ਖਾਸ ਤੌਰ 'ਤੇ ਟਰੱਕ ਡਰਾਈਵਰ ਨੇ ਜਿਹੜੀ ਸਪਲਾਈ ਤੇਲ ਦੀ ਆਉਣੀ ਹੁੰਦੀ ਆ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਰਹੀ ਹੈ ਔਰ ਦਿੱਕਤਾਂ ਨੇ ਲੋਕਾਂ ਨੂੰ ਹੋ ਰਹੀਆਂ ਨੇ। ਆਪਾਂ ਗੱਲਬਾਤ ਵੀ ਕਰਦੇ ਅੰਕਲ, ਦਿੱਕਤ ਕਿੰਨੀ ਆ ਰਹੀ ਹੈ, ਤੇਲ ਨਹੀਂ ਮਿਲ ਰਿਹਾ ਪੰਪਾਂ 'ਤੇ, ਸਟ੍ਰਾਈਕ 'ਤੇ ਟਰੱਕਾਂ ਲੈ ਜਾ ਰਹੇ ਹੈਗੇ? ਬਹੁਤ ਦਿੱਕਤ ਆ ਰਹੀ ਹੈ। ਬਿਲਕੁਲ, ਜ਼ਾਹਿਰ ਤੌਰ 'ਤੇ ਦਿੱਕਤਾਂ ਨੇ ਲੋਕਾਂ ਦੀਆਂ, ਕਹਿ ਰਹੇ ਕਿ ਮੁਸ਼ਕਲ ਕਾਫੀ ਆ ਰਹੀ ਹੈ, ਹਾਲਾਂਕਿ ਦਿਨ ਦੀ ਸ਼ੁਰੂਆਤ ਹੈ, ਅੱਜ ਕੁਛ ਪੰਪਾਂ 'ਤੇ ਤੇਲ ਮਿਲ ਰਿਹਾ, ਡਰਾਈ ਹੈ, ਜਿਹੜੇ ਸਾਰੇ ਪੰਪ ਨਹੀਂ ਹੋਏ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਦਿੱਕਤ ਹੋ ਰਹੀ ਹੈ। ਬਾਈ ਜੀ, ਦਿੱਕਤ ਕਿੰਨੀ ਹੋ ਰਹੀ ਹੈ, ਪੰਪਾਂ 'ਤੇ ਤੇਲ ਨਹੀਂ ਮਿਲ ਰਿਹਾ ਹੈਗਾ? ਦੇਖੋ ਜਿਹੜੀ ਇਹ ਟਰੱਕ ਆਪਰੇਟਰਾਂ ਦੀ ਹੜਤਾਲ ਹੋਈ ਹੈ ਉਹਦੇ ਕਰਕੇ ਬੜੀ ਵੱਡੀ ਦਿੱਕਤ ਆ ਰਹੀ ਹੈ, ਪੰਪਾਂ ਦਾ ਵੀ ਕੰਮ ਬੰਦ ਹੁੰਦਾ ਜਾ ਰਿਹਾ, ਹੁਣ ਲੋਕਾਂ ਨੇ ਆਉਣਾ ਜਾਣਾ, ਕਈਆਂ ਨੇ ਕੋਈ ਤੇਲ ਪਾਉਣਾ ਭੁੱਲ ਗਏ, ਉਹਨਾਂ ਦੇ ਵਹੀਕਲ ਖੜ੍ਹ ਰਹੇ ਆ, ਮੇਰੀ ਵੀ ਇਹੀ ਹਾਲਤ ਹੋਈ ਆ। ਸੋ ਇਸ ਕਰਕੇ ਹੈ ਵੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ, ਟਰੱਕ ਆਪਰੇਟਰਾਂ ਦੀ ਤੁਰੰਤ ਹੜਤਾਲ ਖਤਮ ਹੋਵੇ ਤਾਂ ਜੋ ਇਹ ਲੋਕਾਂ ਨੂੰ ਜਿਹੜਾ ਬੋਝ ਪੈ ਰਿਹਾ। ਹੋਰ ਦੇਖੋ ਜੇ ਹੁਣ ਦੂਜੀਆਂ ਚੀਜ਼ਾਂ ਵਸਤਾਂ ਨਾ ਆਈਆਂ, ਦੁੱਧ ਵਗੈਰਾ ਜਾਂ ਫਲ ਫਰੂਟ ਜਾਂ ਸਬਜ਼ੀਆਂ,
ਤਾਂ ਉਹਨਾਂ ਬਿਨਾਂ ਵੀ ਲੋਕਾਂ ਦਾ ਬੁਰਾ ਹਾਲ ਹੋਜੂ, ਉਹਨਾਂ ਦੇ ਵੀ ਰੇਟ ਵਧਣ। ਸਟ੍ਰਾਈਕ ਲੰਬੀ ਚੱਲਦੀ ਹੈ ਤਾਂ ਹਾਲਾਤ ਹੋਰ ਖਰਾਬ ਹੋ ਸਕਦੇ ਨੇ, ਕੀ ਲੱਗਦਾ? ਦੇਖੋ ਕਰੋਨਾ ਟਾਈਮ ਨਾਲੋਂ ਭੈੜੇ ਹਾਲਾਤ ਹੋ ਜਾਣਗੇ, ਜੇ ਇਹ 2-3 ਦਿਨ ਵੀ ਹੜਤਾਲ ਰਹਿ ਗਈ ਤਾਂ ਅੱਗੇ ਜਾ ਕੇ ਲੋਕਾਂ ਦਾ ਕੀ ਹਾਲ ਹੋਊਗਾ ਦੇਖੋ ਤੁਸੀਂ। ਕੋਈ ਟਰੱਕ ਨਹੀਂ ਚੱਲ ਰਿਹਾ ਅਤੇ ਟਰੱਕਾਂ ਦੇ ਨਾਲ ਹੀ ਸਾਰਾ ਸਿਸਟਮ ਹੈ, ਅਤੇ ਆਪਾਂ ਤਾਂ ਸਾਰੇ ਹੀ ਤੁਸੀਂ ਵੀ ਨਾਲ ਹੋ, ਸਾਰਿਆਂ ਨੂੰ ਔਖਾ ਹੋ ਜੂਗਾ ਜੀ। ਇਹ ਤਾਂ ਇਸ ਪਾਸੇ ਕੇਂਦਰ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ। ਬਿਲਕੁਲ ਧਿਆਨ ਦੇਣ ਦੀ ਲੋੜ ਹੈ। ਕਹਿ ਰਿਹਾ ਕਿ ਡਰਾਈ ਹੈ, ਪੰਪ ਹੋਣੇ ਸ਼ੁਰੂ ਹੋ ਗਏ ਨੇ, ਕੁਛ ਪੰਪਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਆਖਿਰਕਾਰ ਪੰਪਾਂ 'ਤੇ ਤੇਲ ਨਹੀਂ ਮਿਲ ਰਿਹਾ, ਲੋਕਾਂ ਦੀਆਂ ਦਿੱਕਤਾਂ ਨੇ ਜਿਹੜੀਆਂ। ਅਗਰ ਐਗੀਟੇਸ਼ਨ ਇਸੇ ਤਰ੍ਹਾਂ ਸਰਕਾਰ ਦੇ ਖਿਲਾਫ਼ ਚੱਲਦਾ ਰਿਹਾ ਤਾਂ ਦਿੱਕਤਾਂ ਵਧਣਗੀਆਂ।